ਤੁਹਾਡੀ ਬਦਲੇ ਨਗਰ ਹੈ ਜਿੱਥੇ ਉਹਨਾਂ ਦਾ ਜਨਮ ਹੋਇਆ। ਉਸ ਅਸਥਾਨ ਤੇ ਅੰਮ੍ਰਿਤ ਵੇਲੇ ਤੋਂ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਨੌਵੇਂ ਮਹੱਲੇ ਦੇ ਸਲੋਕ ਸਰਵਣ ਕੀਤੇ ਨੇ ਵਿਰਾਗ ਮਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, ਉਪਰੰਤ ਸ੍ਰੀ ਜਪਜੀ ਸਾਹਿਬ, ਚਾਲੀ ਕੌੜੀ ਆਨੰਦ ਸਾਹਿਬ ਅਰਦਾਸ ਹੋਈ ਹੈ ਔਰ ਨਾਲ ਸੰਗਤ ਜੀ ਜਲ ਪਾਣੀ ਚਾਹ ਪਕੌੜੇ ਵਰਤ ਰਹੇ ਨੇ। ਗਰੀਬ ਨਿਵਾਜ ਚੈਰੀਟੇਬਲ ਟਰੱਸਟ ਉਮਰਪੁਰਾ ਬਟਾਲਾ ਅਕਾਲ ਚੈਨਲ ਦੇ ਸਹਿਯੋਗ ਦੇ ਨਾਲ ਸਤਿਗੁਰੂ ਦੇਵ ਦਿਆਲ ਜੀ ਦੀ ਕਿਰਪਾ ਦੇ ਨਾਲ ਮਹਾਂਪੁਰਸ਼ਾਂ ਨੂੰ ਯਾਦ ਕਰਨ ਵਾਸਤੇ, ਸੱਚੀ ਤੇ ਸੁੱਚੀ ਸ਼ਰਧਾਂਜਲੀ ਦੇਣ ਵਾਸਤੇ ਅੱਜ ਤੁਹਾਡੇ ਨਗਰ ਦਾ ਸਾਰਾ ਪ੍ਰੋਗਰਾਮ ਪੂਰੇ ਪੰਜਾਬ ਦੇ ਵਿੱਚ, ਵਰਲਡ ਦੇ ਵਿੱਚ 150 ਕੰਟਰੀਆਂ ਦੇ ਵਿੱਚ ਲਾਈਵ ਸਾਰਾ ਟੈਲੀਕਾਸਟ ਹੋ ਰਿਹਾ। ਸਾਰਾ ਲਾਈਵ ਪ੍ਰੋਗਰਾਮ ਜਾ ਰਿਹਾ ਅਕਾਲ ਚੈਨਲ ਦੇ ਥਰੂ ਔਰ ਪੰਜਾਬ ਦੇ ਵਿੱਚ ਫਾਸਟਵੇ ਗੁਰਬਾਣੀ ਚੈਨਲ ਜਿਹੜਾ ਹੈ ਉਹਨਾਂ ਨੇ ਸੰਸਕਾਰ ਦੇ ਦਰਸ਼ਨ ਵੀ ਕਰਾਏ ਔਰ ਭੋਗ ਦੇ ਵੀ ਦਰਸ਼ਨ ਕਰਵਾਏ। ਜਿੰਨੇ ਸਿੰਘ ਸਾਹਿਬਾਨ ਮਹਾਂਪੁਰਸ਼ ਜਥੇਬੰਦੀਆਂ ਨਿਰਮਲ ਉਦਾਸੇ ਹਿੰਦੂ ਸਮਾਜ ਮਹਾਂਪੁਰਸ਼ਾਂ ਦੇ ਸੰਤ ਸਾਰੇ ਪਹੁੰਚੇ ਸਨ। ਸਾਰੇ ਆਪ ਸੰਗਤਾਂ ਦੇ ਰੂਪ ਰੂਪ ਕੀਤਾ ਹੈ। ਗੁਰਦੁਆਰਾ ਟਾਹਲੀ ਸਾਹਿਬ ਦੀ ਪੁਰੋਹਿਤ ਮੈਨੇਜਮੈਂਟ ਪ੍ਰਬੰਧਕ ਸਾਹਿਬਾਨ ਸਰਦਾਰ ਇੰਦਰਜੀਤ ਸਿੰਘ ਜੀ ਬਾਗੀ ਦੇ ਨਾਲ ਪ੍ਰੈਜੀਡੈਂਟ ਗੁਰਦੁਆਰਾ ਟਾਹਲੀ ਸਾਹਿਬ ਸਾਰੇ ਪਹੁੰਚੇ ਸਨ। ਸੋ ਅੱਜ ਗੁਰਦੁਆਰਾ ਸਿੰਘ ਸਭਾ ਕੁੱਠੀ ਦੀਆਂ ਸੰਗਤਾਂ ਔਰ ਸਾਡਾ ਪਰਿਵਾਰ, ਰਿਸ਼ਤੇਦਾਰ, ਸਾਕ ਸੰਬੰਧੀ, ਸਰਪੰਚ, ਪੂਰੀ ਪੰਚਾਇਤ, ਪਟੋਨਾ ਜੀ, ਪ੍ਰਧਾਨ ਸਾਹਿਬ, ਰਾਜੂ ਜੀ ਸਰਪੰਚ, ਜਿਹਨਾਂ ਨੂੰ ਮਾਲਕਾਂ ਨੇ ਆਪ ਸੇਵਾ ਦਿੱਤੀ ਹੈ ਔਰ ਗੁਰੂ ਘਰ ਦੇ ਸੇਵਾਦਾਰ ਜਿਹਨਾਂ ਨੂੰ ਨਿਕ ਨਿਮਤ ਸਾਰੇ ਚਾਚਾ ਬਿੱਲਾ ਜੀ ਕਰਕੇ ਜਾਣਦੇ ਨੇ ਔਰ ਸਾਰੀਆਂ ਸੰਗਤਾਂ ਅਤੇ ਸੰਗਤਾਂ ਵਿੱਚ ਸਾਡੇ ਮਾਤਾ ਜੀ ਮਾਤਾ ਅਮਰਜੀਤ ਕੌਰ ਜੀ ਵੀ ਹਾਜ਼ਰ ਨੇ। ਸੰਗਤ ਜੀ ਸਾਨੂੰ ਬਹੁਤਾ, ਕਿਉਂਕਿ ਜਦੋਂ ਇਲਾਕਾ ਛੱਡ ਦਈਏ ਤਾਂ ਕਈ ਗੱਲਾਂ ਦਾ ਨਹੀਂ ਪਤਾ ਲੱਗਦਾ ਵੀ ਕੀ ਨਗਰ ਦੀ ਮਰਯਾਦਾ ਹੈ, ਨਗਰ ਨੂੰ ਕਿਵੇਂ ਕੀ ਕਹਿਣਾ ਹੈ। ਸੋ ਦਾਸ ਸਵੇਰੇ ਪਹੁੰਚਿਆ ਕਿਉਂਕਿ ਤੁਹਾਨੂੰ ਵੀ ਪਤਾ ਬਟਾਲੇ ਵਿੱਚ ਆਵਾਜਾਈ ਬਹੁਤ ਜ਼ਿਆਦਾ ਹੈ। 550 ਸਾਲਾਂ ਨੂੰ ਸਮਰਪਿਤ ਅਕਾਲ ਚੈਨਲ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਡੇਰਾ ਸਾਹਿਬ ਵਿਆਹ ਅਸਥਾਨ ਤੇ ਅਖੰਡ ਪਾਠਾਂ ਸ੍ਰੀ ਲੜੀ ਚੱਲ ਰਹੀ ਹੈ। ਸਾਡੇ 500 ਅਖੰਡ ਪਾਠ ਸਾਹਿਬ ਚੱਲ ਰਹੇ ਨੇ। ਉੱਥੇ ਵੀ ਅਕਾਲ ਚੈਨਲ ਦੀਆਂ ਸੰਗਤਾਂ ਦੇ ਜ਼ਰੀਏ ਦੇ ਨਾਲ, ਉਹਨਾਂ ਦੇ ਸਹਿਯੋਗ ਦੇ ਨਾਲ ਸੇਵਾ ਲੈ ਰਹੀਆਂ ਨੇ ਸੰਗਤਾਂ। ਹੁਣ ਵੀ ਸੰਗਤਾਂ ਨੂੰ ਬੇਨਤੀ ਹੈ ਕਿ ਲਾਈਵ ਚੱਲ ਰਹੇ ਹੈ, ਤੁਸੀਂ ਵੀ ਗੁਰਦੁਆਰਾ ਡੇਰਾ ਸਾਹਿਬ ਵਿਆਹ ਅਸਥਾਨ ਦੇ ਵਾਸਤੇ 550 ਸਾਲਾਂ ਨੂੰ ਸਮਰਪਿਤ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ ਇਹ ਪ੍ਰੋਗਰਾਮ ਚੱਲ ਰਹੇ ਨੇ, ਉਹਨਾਂ ਪ੍ਰੋਗਰਾਮਾਂ ਦੇ ਵਿੱਚ ਵੀ ਤੁਸੀਂ ਆਪਣੀਆਂ ਸੇਵਾਵਾਂ ਦੇਣੀਆਂ ਹੈ। ਖੰਡਪੁਰ ਸਾਹਿਬ ਅਕਾਲ ਚੈਨਲ 'ਤੇ ਬੁੱਕ ਕਰਾਉਣ ਜੋ ਗੁਰਦੁਆਰਾ ਡੇਰਾ ਸਾਹਿਬ ਵਿਆਹ ਅਸਥਾਨ 'ਚ ਹੋ ਰਹੇ ਨੇ। ਸੋ ਸਾਡੇ ਪਾਸ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਸਾਡੇ ਪਾਸ ਪਹੁੰਚੇ ਨੇ, ਜਿਨ੍ਹਾਂ ਦਾ ਬਾਬਾ ਜੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ, ਬੜਾ ਸੁਨੇਹੋ ਸੀ। ਮੰਜੀ ਸਾਹਿਬ ਤੋਂ PTC ਚੈਨਲ ਤੋਂ ਤੁਸੀਂ ਉਹਨਾਂ ਦੀ ਕਥਾ ਵੀ ਸਰਵਣ ਕਰਦੇ ਹੋ। ਮੰਜੀ ਸਾਹਿਬ ਦੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਜੀ ਦੇ ਗ੍ਰੰਥੀ ਹਨ। ਸੋ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ ਭਿੰਡਰਾਂ ਵਾਲੇ ਮਹਾਂਪੁਰਸ਼, ਉਹ ਵੀ ਆਪਣੇ ਪਾਸ ਪਹੁੰਚਣ ਵਾਲੇ ਨੇ ਔਰ ਬਟਾਲੇ ਦੀਆਂ ਸੰਗਤਾਂ ਵੀ ਪਹੁੰਚ ਰਹੀਆਂ ਨੇ। ਸੋ ਸ੍ਰੀਮਾਨ ਸੰਤ ਬਾਬਾ ਪਿਆਰਾ ਸਿੰਘ ਜੀ, ਜਿਨ੍ਹਾਂ ਦੀ ਤੁਸੀਂ ਬੜੀ ਧਾਰਨ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਬੜਾ ਪਿਆਰ ਦਿੱਤਾ, ਮੁੱਖ ਦੁਨੀਆ ਮੋੜ ਲਏ, ਸਾਈਆਂ ਤੂੰ ਮੁਕਰਾ ਨਾ ਮੋਰੀ, ਉਹ ਵੀ ਮਹਾਂਪੁਰਸ਼ ਪਹੁੰਚੇ ਹੋਏ ਨੇ। ਸੋ ਭਾਈ ਵਰਿੰਦਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਰਾਗੀ ਸਿੰਘ, ਬੜੇ ਉੱਚ ਕੋਟੀ ਦੇ ਨੌਜਵਾਨ ਗੱਭਰੂ ਰਾਗੀ ਨੇ, ਉਹ ਵੀ ਪਹੁੰਚ ਰਹੇ ਨੇ, ਪਹੁੰਚੇ ਹੋਏ ਨੇ। ਸੋ ਸਾਡੇ ਪਾਸ ਸਰਦਾਰ ਪਰਮਿੰਦਰ ਸਿੰਘ ਜੀ ਲੰਬੜਦਾਰ ਸਾਹਿਬ ਬਟਾਲੇ ਤੋਂ, ਜਿਹੜੇ ਅਕਾਲੀ ਦਲ ਦੇ ਲੀਡਰ ਨੇ, ਉਹ ਵੀ ਪਹੁੰਚੇ ਨੇ। ਸੋ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਹੋਰ ਵੀ ਸਭ ਪਾਰਟੀਆਂ ਦੇ ਨੇਤਾ ਪਹੁੰਚ ਰਹੇ ਨੇ। ਸੋ ਸੰਗਤ ਜੀ ਬੇਨਤੀ ਹੈ ਕਿ ਗੁਰੂ ਸਾਹਿਬ ਜੀ ਆਪਣੇ ਪੰਡਾਲਾਂ ਵਿੱਚ ਆ ਚੁੱਕੇ ਨੇ। ਸੰਗਤ ਨੂੰ ਬੇਨਤੀ, ਚਾਹ ਪਕੌੜਿਆਂ ਦਾ ਲੰਗਰ ਵੀ ਲੱਗਾ, ਚਾਹ ਪਕੌੜੇ ਛਕੋ, ਕਿਉਂਕਿ ਚਾਹ ਪਕੌੜੇ ਤਾਂ ਛਕਾਈਦਾ ਕਿ ਸੰਗਤ ਦਾ ਲੰਗਰ 'ਚ ਧਿਆਨ ਨਾ ਜਾਵੇ।
ਸਮਾਪਤੀ ਵਿੱਚ ਤੁਹਾਨੂੰ ਲੰਗਰ ਵੀ ਮਿਲਣਾ ਹੈ, ਸਭ ਕੁਛ ਪਦਾਰਥ ਤੁਹਾਡੇ ਵਾਸਤੇ ਨੇ। ਮੈਂ ਇਸ ਗੱਲ ਤੋਂ ਬੜੀ ਖੁਸ਼ੀ ਕਰਦਾ ਕਿ ਕੁਝ ਸਮਾਂ ਹੁੰਦਾ ਸੀ, ਬੇਟਾ ਥੱਲੇ ਥੱਲੇ, ਕੁਝ ਸਮਾਂ ਹੁੰਦਾ ਸੀ ਕਿ ਜਦੋਂ ਕਿਸੇ ਸਰੀਰ ਨੇ ਚਲਾਣਾ ਕਰ ਜਾਣਾ ਤੇ ਘਰਾਂ ਦੇ ਵਿੱਚ ਸਪੀਕਰ ਨਹੀਂ ਸੀ ਲੋਕ ਲਾਉਂਦੇ ਇਸ ਇਲਾਕੇ ਦੇ ਵਿੱਚ, ਕਹਿਣਾ ਸਪੀਕਰ ਨਹੀਂ ਲਾਉਣਾ, ਕੀਰਤਨ ਨਹੀਂ ਕਰਨਾ, ਇੰਨੀ ਬਹੁਤ ਜ਼ਿਆਦਾ ਅਨਪੜ੍ਹਤਾ ਸੀ। ਕਿਉਂਕਿ ਉਸ ਵਕਤ ਬ੍ਰਾਹਮਣ ਸੋਚ ਸਾਡੀ ਵੀ ਨਾ ਜੀ ਕੀਰਤਨ ਨਹੀਂ ਕਰਨਾ, ਸਪੀਕਰ ਨਹੀਂ ਲਾਉਣਾ, ਬੰਦਾ ਮਰ ਗਿਆ। ਪਰ ਅੱਜ ਗੁਰੂ ਸਾਹਿਬ ਜੀ ਨੇ ਇੰਨੀ ਜਾਗਰੂਕਤੀ ਲਿਆਂਦੀ ਹੈ ਵੀ ਸਤਿਗੁਰ ਦੀ ਕਿਰਪਾ ਦੇ ਨਾਲ ਸੰਗਤਾਂ ਜਾਣ ਵਾਲੇ ਸਰੀਰ ਤੋਂ ਬਾਅਦ ਸਪੀਕਰ ਵੀ ਲੱਗਦੇ ਤੇ ਕੀਰਤਨ ਵੀ ਹੁੰਦੇ ਨੇ, ਉਹਨਾਂ ਦੀ ਯਾਦ ਵਿੱਚ ਲੰਗਰ ਵੀ ਸਤਿਗੁਰ ਦੀ ਕਿਰਪਾ ਦੇ ਨਾਲ ਸ਼ਰਧਾ ਦੇ ਭਾਵਨਾ ਦੇ ਨਾਲ ਸੰਗਤਾਂ ਲੰਗਰ ਵੀ ਕਰਦੀਆਂ ਨੇ। ਸੋ ਅੱਜ ਦਾ ਇਹ ਜਿਹੜਾ ਮਹਾਂਪੁਰਸ਼ਾਂ ਦੀ ਮਿੱਠੀ ਯਾਦ ਹੈ, ਸੋ ਉਹਨਾਂ ਨੂੰ ਯਾਦ ਕਰਨ ਵਾਲੇ ਪਰਿਵਾਰ, ਉਹਨਾਂ ਨੂੰ ਯਾਦ ਕਰਨ ਵਾਲੇ ਨਗਰ ਦੀਆਂ ਸੰਗਤਾਂ, ਨੌਜਵਾਨ, ਮੇਰਾ ਛੋਟਾ ਵੀਰ ਹੈ ਰਾਜੂ ਜੀ ਜਿਹੜੇ ਸਰਪੰਚ ਬਣੇ ਨੇ, ਮੈਨੂੰ ਥੋੜ੍ਹਾ ਚਿਰ ਪਹਿਲਾਂ ਕਹਿਣਗੇ ਬਾਬਾ ਜੀ ਤੁਸੀਂ ਸਮਾਗਮ ਇੱਥੋਂ ਬੰਦ ਕਰਕੇ ਚੰਗਾ ਨਹੀਂ ਕੀਤਾ, ਬੜਾ ਸਾਡਾ ਦਿਲ ਟੁੱਟਿਆ। ਮੈਂ ਵੀ ਕਿਸੇ ਕਾਰਨਾਂ ਕਰਕੇ, ਕਿਉਂਕਿ ਉਹ ਕਾਰਨ ਸੰਗਤ ਨੂੰ ਵੀ ਪਤਾ ਹੁੰਦਾ। ਸੋ ਜੇ ਸਤਿਗੁਰੂ ਜੀ ਨੇ ਹੋਣ, ਮੈਂ ਇਹ ਨਹੀਂ ਕਹਿੰਦਾ ਕਿ ਇਹ ਜਾਣਗੇ, ਜਾਣਾ ਸੀ ਤਾਂ ਕਰਕੇ ਇਹ ਹੁਣ ਰੰਭਤਾ ਹੀ ਹੈ, ਇਹ ਬਾਕੀ ਸੰਭਾਲਣਾ ਤੁਹਾਡਾ ਕੰਮ ਹੈ। ਸੋ ਸਤਿਗੁਰੂ ਜੀ ਕਿਰਪਾ ਕਰ ਦੇਣ, ਕਿਉਂਕਿ ਤੁਹਾਡੇ ਨਗਰ ਦੇ ਵਿੱਚ ਉਹਨਾਂ ਨੇ ਜਨਮ ਲਿਆ, ਉਹਨਾਂ ਨੇ ਆਪਣੇ ਇੱਥੇ ਜੀਵਨ ਬਤੀਤ ਵੀ ਕੀਤਾ, ਕੁਝ ਸਮਾਂ ਬਾਕੀ ਅਤੇ ਸਮਾਂ ਗੁਰੂ ਘਰਾਂ ਦੀਆਂ ਸੇਵਾਵਾਂ ਕੀਤੀਆਂ, ਪੰਥਕ ਸੇਵਾਵਾਂ ਕੀਤੀਆਂ। ਸਾਡੇ ਭਰਾਤਾ ਜੀ ਜਗਦੀਸ਼ ਜੀ ਉਹ ਵੀ ਪਹੁੰਚੇ ਨੇ ਵੱਡੇ ਦੀਨਾਨਗਰ ਤੋਂ, ਉਹਨਾਂ ਦੇ ਨਾਲ ਹੋਰ ਵੀ ਪਤਵੰਤੇ ਰਿਸ਼ਤੇਦਾਰ ਸਾਕ ਸੰਬੰਧ। ਬਾਕੀ ਮੈਂ ਬੇਨਤੀ ਕਰਾਂਗਾ ਕਿ ਭਾਈ ਇੱਥੇ ਰੋਣਾ ਨਹੀਂ ਕਿਸੇ ਨੇ, ਕਿਉਂਕਿ ਕੀਰਤਨ ਜਿਹੜਾ ਹੈ ਇਹ ਗੁਰੂ ਸਾਹਿਬ ਜੀ ਦੇ ਨਾਲ ਜੋੜਦਾ ਹੈ, ਕਥਾ ਜਿਹੜੀ ਹੈ ਗੁਰੂ ਸਾਹਿਬ ਦਾ ਮਾਰਗ ਦਰਸ਼ ਦਿੰਦੀ ਹੈ। ਸੋ ਸਾਡੇ ਪਾਸ ਮੇਰੇ ਵੀਰ ਜੀ ਅਚੇਚੇ ਤੌਰ 'ਤੇ ਚੰਡੀਗੜ੍ਹ ਤੋਂ, ਜਗਜੀਤ ਸਿੰਘ ਜੀ ਰਿਆੜ, ਵਿਦਿਆਰਥੀ ਦਮਨਵੀ ਟਕਸਾਲ, ਉਹ ਵੀ ਬਾਬਾ ਜੀ ਦੇ ਨਾਲ ਬੜਾ ਸਨੇਹੋ ਕਰਦੇ ਸਨ, ਉਮਰਪੁਰ 'ਚ ਸੇਵਾ ਬੜਾ ਚਿਰ ਨਿਭਾਈ ਇਹਨਾਂ ਨੇ, ਫਿਰ ਚੰਡੀਗੜ੍ਹ ਦੇ ਵਿੱਚ ਹੁਣ ਹੈਡ ਗ੍ਰੰਥੀ ਨੇ। ਸੋ ਬੇਨਤੀ ਹੈ ਕਿ ਪਹਿਲਾਂ ਇਹ ਬੱਚਾ ਤੁਸੀਂ ਦੇਖ ਰਹੇ ਹੋ ਸਾਡੀ ਭੈਣ ਦਾ ਬੇਟਾ ਹੈ ਗੁੱਗ ਦਾ, ਇਹ ਬਲਾਇੰਡ ਸੀ ਜਦੋਂ ਜਨਮ ਲਿਆ, ਬਲਾਇੰਡ ਸੀ, ਥੋੜ੍ਹਾ ਵੱਡਾ ਹੋਇਆ ਅਤੇ ਪਿਤਾ ਜੀ ਨੇ ਇਹਨੂੰ ਯਤੀਮ ਖਾਨੇ ਦਾਖਲ ਕਰਵਾ ਦਿੱਤਾ ਵੀ ਆਪਣੇ ਜੀਵਨ ਦੇ ਵਿੱਚ ਕੁਝ ਬਣ ਜਾਵੇਗਾ, ਕੀਰਤਨ ਸਿੱਖੇਗਾ, ਆਪਣੀ ਰੋਟੀ ਰੋਜੀ ਵੀ ਕਮਾ ਸਕੇਗਾ, ਗੁਰੂ ਸਾਧਨਾ ਵੀ ਜੁੜ ਜਾਵੇਗਾ। ਸੋ ਇਹ ਬੱਚੇ ਨੂੰ 10 ਬਾਣੀਆਂ ਕੰਠ ਲਏਗਾ ਜੀ ਕਿ ਆਖੋ ਸਤਨਾਮ, ਅਤੇ ਜਦੋਂ ਮੈਨੂੰ ਮਿਲਣਾ ਉਦੋਂ ਕਹਿਣਾ ਵੀ ਹਰਜੀਤ ਸਿਆਂ ਗੁੱਗ ਦਾ ਮੁੰਡਾ ਨਾ, ਉਹਨੇ 10 ਬਾਣੀਆਂ ਕੰਠ ਕਰ ਲਈਆਂ ਨੇ, ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਬੱਚੇ 'ਤੇ ਵੀ ਉਹਨੇ 10 ਬਾਣੀਆਂ ਕੰਠ ਕਰ ਲਈਆਂ ਅਤੇ 6 ਰਾਗ ਕੱਢ ਲਏ ਨੇ। ਜਿਹੜਾ ਰਾਗ ਗਾਉਂਦਾ ਸੀ, ਜਿਹੜਾ ਰਾਗਾਂ ਨੂੰ ਪਿਆਰ ਕਰਦਾ ਸੀ, ਉਹਨੂੰ ਬੜਾ ਪਿਆਰ ਕਰਦੇ ਸਨ। ਸੋ ਇਸ ਬੱਚੇ ਨੂੰ ਮਿਲਦੇ ਵੀ ਸਨ, ਕੋਈ ਵੀ ਇਹਦੀ ਅੰਦਰ ਦੀ ਗੱਲ ਹੁੰਦੀ ਸੀ ਅਤੇ ਉਹ ਬੁੱਝ ਕੇ ਜਾ ਕੇ ਪੂਰੀ ਵੀ ਕਰਦੇ ਸਨ, ਬੜਾ ਇਹਦੇ ਨਾਲ ਪਿਆਰ ਸੀ। ਅਤੇ ਮੈਨੂੰ ਕਹਿਣਗਾ ਮਾਮਾ ਜੀ ਮੈਨੂੰ ਪਹਿਲੇ ਦਿਨ ਤੁਸੀਂ ਸ਼ਬਦ ਪੜ੍ਹਾਓਗੇ, ਮੈਂ ਬਿਲਕੁਲ, ਹੁਣ ਇਹ ਸਤਿਗੁਰ ਦੀ ਕਿਰਪਾ ਦੇ ਨਾਲ ਉਸੇ ਦਿਨ ਤੋਂ ਪਹਿਲਾਂ ਬਟਾਲੇ 2-3 ਦਿਨ ਰਿਹਾ, ਕਿਉਂਕਿ ਜਦੋਂ ਕੀਰਤਪੁਰ ਸਾਹਿਬ ਗਏ ਨੇ ਅਸਤਾਰਨ ਵਾਸਤੇ, ਘੱਟੋ ਨਾ ਘੱਟ ਦੇ 2 ਬੱਸਾਂ, 8-10 ਗੱਡੀਆਂ, 200-300 ਸੰਗਤ ਦਾ ਕਾਫਲਾ ਗਿਆ। ਸਾਡੇ ਅਤੀ ਸਤਿਕਾਰਯੋਗ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਸਾਹਿਬ, ਪ੍ਰਧਾਨ ਸਾਹਿਬ SGPC ਦੇ ਪ੍ਰੈਜੀਡੈਂਟ ਸਾਹਿਬ, ਉਹਨਾਂ ਨੇ ਗਾਹ ਬਹੁਤ ਵੱਡਾ ਪ੍ਰਬੰਧ ਕਰਾਇਆ ਸੰਗਤ ਦਾ। ਕੀਰਤਪੁਰ ਸਾਹਿਬ ਉੱਥੋਂ ਦੇ ਮੈਨੇਜਰ ਸਾਹਿਬ ਜੀ ਨੇ ਬੜਾ ਚੜ੍ਹਦੀ ਕਲਾ ਦੇ ਨਾਲ ਸਵਾਗਤ ਕੀਤਾ ਮਹਾਂਪੁਰਸ਼ਾਂ ਦੇ ਫੁੱਲਾਂ ਦਾ, ਅਤੇ ਆਪਣੇ ਕਰ ਕਮਲਾਂ ਦੇ ਨਾਲ ਹੈਡ ਗ੍ਰੰਥੀ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਮਹਾਂਪੁਰਸ਼ਾਂ ਦੇ ਅਸਤ ਪਰਵਾਏ ਉੱਥੇ ਕੀਰਤਪੁਰ ਸਾਹਿਬ ਪਤਾਲਪੁਰੀ ਸਾਹਿਬ ਵਿਖੇ। ਸੋ ਉਸ ਦਿਨ ਤੋਂ ਸੰਗਤਾਂ ਬਹੁਤ ਜ਼ਿਆਦੀਆਂ ਨਾਲ ਸਨ। ਸੋ ਮਹਾਂਪੁਰਸ਼ ਬਾਬਾ ਨਿਹਾਲ ਸਿੰਘ ਸਾਹਿਬ ਜੀ ਹਰੀਆਂ ਬੇਲਾਂ ਵਾਲੇ, ਉਹਨਾਂ ਨੇ ਰਸਤੇ ਵਿੱਚ ਲੰਗਰ ਦਾ ਪ੍ਰਬੰਧ ਕੀਤਾ ਸੀ, ਛਬੀਲਾਂ ਦਾ ਪ੍ਰਬੰਧ ਸਭ, ਬੜੀ ਚੜ੍ਹਦੀ ਕਲਾ ਦੇ ਨਾਲ। ਮੈਂ ਇਹ ਗੱਲ ਕਹਾਂ ਕਿ ਬਟਾਲੇ ਦੀਆਂ ਸੰਗਤਾਂ ਸੁਸਾਇਟੀਆਂ ਜਿਨ੍ਹਾਂ ਨੇ ਪਾਲਕੀ ਸਾਹਿਬ ਦੇ ਵਿੱਚ ਕੀਰਤਨ ਕਰਦੇ ਗਏ, ਸੁਖਮਣੀ ਸਾਹਿਬ ਦੇ ਜਾਪ ਕਰਦੇ ਗਏ ਅਤੇ ਆਉਂਦੇ ਵੀ ਬਾਣੀ ਪੜ੍ਹਦੀ ਹੈ, ਜਿਸ ਦਿਨ ਤੋਂ ਮਹਾਂਪੁਰਸ਼ਾਂ ਨੇ ਸਰੀਰ ਛੱਡਿਆ ਉਸੋ ਦਿਨ ਤੋਂ ਹੀ ਗੁਰਬਾਣੀ ਪਹਿਲਾਂ ਅੰਮ੍ਰਿਤ ਵੇਲੇ ਆਪ ਪੜ੍ਹ ਕੇ ਇਸ਼ਨਾਨ ਕਰਕੇ ਨਿਤਨੇਮ ਕਰਕੇ ਆਪਣੇ ਦਮਾਲੇ ਸਜਾ ਕੇ ਵਸਤਰ ਸਜਾ ਕੇ ਸਾਰਿਆਂ ਨੂੰ ਤਿਆਰ ਦੇ ਕੇ ਪੋਤਰੀ ਪਾਸੋਂ ਸ਼ਬਦ ਕੀਰਤਨ ਸੁਣ ਕੇ ਫਿਰ ਉਹ ਡਾਕਟਰ ਦੀ ਇੱਕ ਮਰਿਆਦਾ ਹੀ ਨਿਭਾਈ, ਇੱਕ ਓਹਲਾ ਹੀ ਕੀਤਾ। ਸੋ ਆਪ ਜੀ ਨੇ ਉਸ ਅਕਾਲ ਦੇ ਸੁਨੇਹਾ ਨੂੰ ਸਾਰੇ ਪਰਿਵਾਰ ਨੂੰ ਦੱਸ ਦਿੱਤਾ ਕਿ ਕੁਝ ਘੜੀਆਂ ਕੁਝ ਪਲ 4 ਵਜੇ ਅਸੀਂ ਸਰੀਰ ਤਿਆਗ ਦੇਣਾ, ਅਤੇ 4 ਵਜੇ ਰਾਈਟ ਉਹਨਾਂ ਨੇ ਸਰੀਰ ਤਿਆਗਿਆ ਸੰਗਤ ਜੀ। ਸੋ ਐਸਾ ਜਾਣਾ ਇਹ ਕਿਸੇ ਵਿਰਲਿਆਂ ਦੇ ਕਰਮਾਂ ਵਿੱਚ ਹੁੰਦਾ ਹੈ। ਗਿਆਨੀ ਹਰਮਿੰਦਰ ਸਿੰਘ ਜੀ ਹੱਡ ਗ੍ਰੰਥੀ
ਗੁਰਗ੍ਰੰਥ ਮੰਜੀ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਮੁੱਖ ਕਥਾਵਾਚਕ ਵੀ ਨੇ। ਸੋ ਤੁਸੀਂ ਇਹਨਾਂ ਦੇ ਪੀਟੀਸੀ ਤੇ ਦਰਸ਼ਨ ਕਰਦੇ ਤੇ ਇੱਥੇ ਇਹ ਗੱਤਕਾ ਖੇਡਣ ਵੀ ਆਉਂਦੇ ਸਨ, ਨਾਲੇ ਉਹਨਾਂ ਦੇ ਪਾਸ ਹੀ ਪਲੇ ਤੇ ਬੜੀ ਸਿੱਖਿਆ ਵੀ ਲਿੱਤੀ ਇਹਨਾਂ ਨੇ ਉਹਨਾਂ ਪਾਸੋਂ। ਅੱਜ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਵੀ ਨੇ, ਬੜੀ ਖੁਸ਼ੀ ਹੈ। ਬਹੁਤ ਬਹੁਤ ਹੀਰੇ ਉਹਨਾਂ ਨੇ ਤਰਾਸੇ, ਸਾਡੇ ਤੇ ਵੀ ਕਿਰਪਾ ਕੀਤੀ, ਆਪਣੇ ਪੋਤਰਿਆਂ ਤੇ ਪੋਤਰੀਆਂ ਤੇ ਜਿੰਨੇ ਵੀ ਅਸੀਂ ਤਿੰਨੋਂ ਭਰਾ ਤੇ ਉਹਨਾਂ ਨੂੰ ਗੁਰਬਾਣੀ ਵਿਰਸਾ ਦਿੱਤਾ ਹੈ। ਸੋ ਮਾਲਕ ਜੀ ਕਿਰਪਾ ਕਰ ਦੇਣ। ਮੈਂ ਗੁਲਸ਼ਨ ਜੀ ਨੂੰ, ਗੁਲਸ਼ਨ ਸਿੰਘ ਜੀ ਨੂੰ ਬੇਨਤੀ ਕਰਾਂਗਾ ਵੀ ਤੁਸੀਂ ਪਹਿਲਾਂ ਸ਼ੁਰੂਆਤ ਕਰੋ ਸ਼ਬਦ ਦੀ, ਹਰਪ੍ਰੀਤ ਸਿੰਘ ਖਾਲਸਾ ਆਪਣੇ ਇਹ ਤਬਲੇ ਦੀ ਸੇਵਾ ਕਰਨਗੇ। ਸੋ ਉਸ ਤੋਂ ਬਾਅਦ ਬੱਚੀਆਂ ਹਰਸਿਮਰਨ ਜੀ, ਬੀਬੀ ਹਰਸਿਮਰਤ ਕੌਰ, ਉਹਨਾਂ ਦੀ ਪੋਤਰੀ ਸਰਬਜੀਤ ਕੌਰ ਪੋਤਰੀ, ਔਰ ਆਪਣੇ ਅਰਮਾਨਪ੍ਰੀਤ ਸਿੰਘ ਜੀ, ਇਹ ਸਾਰੇ ਬਾਬਾ ਜੀ ਦੀਆਂ ਪੋਤਰੀਆਂ ਪੋਤਰੇ ਬਹਿ ਕੇ ਇੱਕੋ ਸਟੇਜ ਤੇ ਕੀਰਤਨ ਕਰਨਗੇ ਦੋ ਸ਼ਬਦਾਂ ਦਾ ਗਾਇਨ। ਫਿਰ ਗਿਆਨੀ ਹਰਮਿੱਤਰ ਸਿੰਘ ਜੀ ਆਪਣੇ, ਕਿਉਂਕਿ ਉਹਨਾਂ ਨੇ ਮੰਜੀ ਸਾਹਿਬ ਜਾ ਕੇ ਵੀ ਵਿਵੇਕ ਸਾਹਿਬ ਉਹਨਾਂ ਨੇ ਕਥਾ ਕਰਨੀ ਹੈ ਤੇ ਉਸ ਤੋਂ ਉਪਰੰਤ ਮੰਜੀ ਸਾਹਿਬ ਦੀ ਵੀ ਕਥਾ ਹੁੰਦੀ ਹੈ, ਉਹਨਾਂ ਨੇ ਜਾਣਾ। ਫਿਰ ਭਾਈ ਵਰਿੰਦਰ ਸਿੰਘ ਜੀ ਤੇ ਬਾਬਾ ਰਾਮ ਸਿੰਘ ਜੀ ਮੁਖੀ ਦਮਦਮ ਟਕਸਾਲ ਤੇ ਬਾਬਾ ਜੀ ਆ ਚੁੱਕੇ ਨੇ। ਮੈਂ ਬੇਨਤੀ ਕਰਾਂਗਾ ਸੇਵਾਦਾਰਾਂ ਨੂੰ ਕਿ ਬਾਬਾ ਜੀ ਨੂੰ ਪਹਿਲਾਂ ਜਲ ਪਾਣੀ ਛਕਾ ਕੇ ਫਿਰ ਲੈ ਕੇ ਆਓ ਤੇ ਬਾਬਾ ਜੀ ਦਾ ਜੀ ਆਇਆਂ ਨੂੰ ਆਖਦੇ ਜਕਾਰਾ ਛੱਡੀ ਇੱਥੋਂ ਬਾਬਾ ਜੀ ਜਕਾਰੇ ਦੀ ਪ੍ਰਵਾਨਗੀ ਦੇਣ। ਬਾਬਾ ਜੀ ਨੂੰ ਬੇਨਤੀ ਕਿ ਆਪ ਜੀ ਜਲ ਪਾਣੀ ਛੱਕ ਕੇ ਫਿਰ ਪੰਡਾਲ ਚ ਸੱਜੇ ਜੋ ਸੱਜੇ ਜੋ, ਕਿਉਂਕਿ ਥੋੜੇ ਦਿਨ ਬਾਬਾ ਜੀ ਪਹਿਲਾਂ ਹੀ ਬਾਬਾ ਜੀ ਨੂੰ ਮਿਲ ਕੇ ਗਏ ਨੇ ਬਟਾਲੇ ਵਿੱਚ, ਆਈ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਚੱਲ ਰਹੀ ਹੈ। ਉਸ ਦਿਨ ਬਾਬਾ ਜੀ ਆਪ ਆ ਕੇ ਦਰਸ਼ਨ ਕਰਕੇ ਗਏ ਨੇ ਤੇ ਉਸ ਦਿਨ ਪਿਆਰ ਦੇ ਕੇ ਗਏ ਨੇ ਸਾਨੂੰ ਬਾਬਾ ਜੀ, ਬਾਬਾ ਰਾਮ ਸਿੰਘ ਸਾਹਿਬ ਜੀ ਉਹ ਵੀ ਮਹਾਂਪੁਰਸ਼ ਆਏ ਨੇ, ਸੰਤ ਗਿਆਨੀ ਕਰਤਾਰ ਸਿੰਘ ਜੀ ਦੇ ਭਤੀਜੇ ਲੱਗਦੇ ਨੇ ਰਿਸ਼ਤੇ ਦੇ ਵਿੱਚੋਂ। ਸੋ ਬਾਬਾ ਜੀ ਆਏ ਨੇ ਇਸ ਨਗਰ ਦੇ ਵਿੱਚ, ਇਸ ਇਲਾਕੇ ਵਿੱਚ ਪਹਿਲੀ ਵਾਰ ਅਸੀਂ ਬਾਬਾ ਜੀ ਨੂੰ ਜੀ ਆਇਆਂ ਨੂੰ ਆਖਦੇ ਹਾਂ। ਬਟਾਲੇ ਤੋਂ ਸੰਗਤ ਪਹੁੰਚੀ ਹੈ, ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਗਿਆਨੀ ਆਪਣੇ ਬਾਬਾ ਜੀ ਇਕਬਾਲ ਸਿੰਘ ਜੀ ਨਿਹੰਗ ਸਿੰਘ, ਉਹਨਾਂ ਨੇ ਪਰਮ ਮਿੱਤਰ ਉਹਨਾਂ ਦੇ ਨਾਲ ਸਾਥੀ ਉਹ ਵੀ ਆਏ ਨੇ, ਸਾਰਿਆਂ ਦਾ ਧੰਨਵਾਦ ਹੈ। ਗਿਆਨੀ ਸਤਨਾਮ ਸਿੰਘ ਜੀ ਪੁੱਤੀ ਦੇ ਗ੍ਰੰਥੀ ਸਾਹਿਬਾਨ, ਉਹਨਾਂ ਦਾ ਬਾਗ ਪਰਿਵਾਰ, ਸਾਰਿਆਂ ਦਾ ਧੰਨਵਾਦ, ਸਾਰੇ ਪਿੰਡ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਦੀਵਾਨ ਦੀ ਰਮਤਾ ਹੋਣ ਲੱਗੀ ਹੈ, ਜੇ ਸ਼ਿਕਾਰ ਜੀ ਸ਼ਾਂਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ ਸੰਗਤ ਜਿਵੇਂ ਪੂਰੇ ਪੰਜਾਬ ਦੇ ਵਿੱਚ ਜਾ ਰਹੇ ਆ, ਗੁਰੂ ਸਾਹਿਬ ਜੀ ਕਿਰਪਾ ਕਰਦੇ ਫਤਿਹ ਦੀ ਸਾਂਝ ਕਰੀਏ ਜੀ। ਬੋਲੇ ਸੋ Thank you.
ਮੋਬਾਈਲ ਤੇ ਲਾਓ ਤੇ ਤੁਹਾਡੇ ਕੋਲ ਐਲਸੀਡੀ ਹੋਵੇ ਐਚਡੀਐਮ ਦੀ ਤਾਰ ਲਾਓ ਤੇ ਵੱਡੀ ਫੋਟੋ ਕਰ ਲਓ ਵੀ 2000 ਰੁਪਏ ਦੀ ਤਾਰ 1000 ਰੁਪਏ 600 ਰੁਪਏ ਦੀ ਹੈਗੀ ਆ ਓਡੀ ਦੀ ਕੇਬਲ ਵੀ ਬਣ ਜਾਂਦੀ ਹੈ ਚਾਰਜਿੰਗ ਵੀ ਨਾਲ ਹੀ ਲੱਗ ਜਾਂਦੀ ਹੈ ਜਿੱਦਾਂ ਮਰਜ਼ੀ ਲੈ ਜਾਓ ਇਹ ਤਾਂ ਸਿੱਧੀ ਐਚਡੀਐਮ ਹੀ ਲੈਂਦੀ ਮੈਂ ਚਾਰਜਿੰਗ ਦਾ ਪੱਕਾ ਪੈਂਦਾ ਉਹਨੂੰ ਇਹ ਤਾਂ ਤਿੰਨਾਂ ਤੇ ਐਟ ਏ ਟਾਈਮ ਲਾ ਸਕਦੇ ਸੀ ਇਹ ਕਿਹੋ ਜਿਹੇ ਆ ਕਦੇ ਸਟੈਂਡ ਨਹੀਂ ਲਾ ਸਕਦੇ ਵੀ ਜੋ ਲਾਈਵ ਦਾਸਾਂ ਦੀ ਪੇਜ ਹੈ ਉੱਥੋਂ ਵੀ ਤੁਸੀਂ ਆਪਸੀ ਸਰਵਣ ਕਰ ਸਕਦੇ ਹੋ ਜਿਹੜੀਆਂ ਜਿਹੜੀਆਂ ਦੂਰੋਂ ਦੂਰੋਂ ਸੰਗਤਾਂ ਆਈਆਂ ਨੇ ਸਾਡੀ ਭੈਣ ਜੀ ਚੰਡੀਗੜ੍ਹ ਤੋਂ ਆਏ ਨੇ ਉਹਨਾਂ ਨੇ ਬੇਨਤੀ ਕਿ ਤੁਸੀਂ ਸਾਰੇ ਜਲ ਪਾਣੀ ਛੱਕ ਕੇ ਫਿਰ ਆਉਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਬਹੁਤ ਜਨਮ ਪਿਛੜੇ ਥੇ।
वाहेगुरु जी का सतगुर मिले ता मिले सो पाए सहयाना सतगुर मिले ता मिले सुभाए ये रोग छोड़ा सयाना छोड़ा सयाना जा की अस्थिर
ਬਚਨ ਸਮੁੱਚੇ ਸਿੱਖ ਜਗਤ ਨੂੰ ਕੌਮ ਨੂੰ ਕਿਹਾ ਕਿ ਗੁਰਬਾਣੀ ਦਾ ਕੀਰਤਨ ਕਰਨਾ ਹੈ, ਗੁਰਬਾਣੀ ਨੂੰ ਸੁਣਨਾ ਹੈ, ਗੁਰਬਾਣੀ ਨੂੰ ਪੜ੍ਹਨਾ ਹੈ। ਔਰ ਉਹਨਾਂ ਨੇ ਆਪ ਉਸ ਵਕਤ ਅਖੀਰ ਵਾਲੇ ਸਮੇਂ ਵੀ ਕੀਰਤਨ ਸੁਣਿਆ ਤੇ ਸਾਧ ਸੰਗਤ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬੜੇ ਪਿਆਰੇ ਬਚਨ ਨੇ। ਸਿੰਘ ਸਾਹਿਬ ਜੀ ਗਿਆਨੀ ਹਰਮਿੱਤਰ ਸਿੰਘ ਜੀ ਉਹਨਾਂ ਨੇ ਕਥਾਬੱਜ ਗੁਰਦੁਆਰਾ ਮੰਜੀ ਸਾਹਿਬ ਦਰਬਾਰ ਸਾਹਿਬ ਉਹਨਾਂ ਨੇ ਆਪ ਸਰਦਾਰ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣੀ ਹੈ। ਦੋ ਕੁ ਮਿੰਟ ਵਾਸਤੇ ਮੈਂ ਭਾਈ ਗੁਰਦਾਸ ਜੀ ਦੀ ਵਾਰ ਦੀ ਪੌੜੀ ਆਪ ਜੀ ਦੇ ਨਾਲ ਸਾਂਝੀ ਕਰਾਂ। ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ, ਗੁਰਮੁਖ ਭੋਜਨ ਭਾਉ ਚਾਉ ਅਲੱਲਿਆ, ਗੁਰਮੁਖ ਨਿਹਚਲ ਚੇਤਨਾ ਹੱਲੈ ਹੱਲਿਆ, ਗੁਰਮੁਖ ਸੱਚ ਅਲਾਓ ਭਲੀ ਨੂੰ ਭੱਲਿਆ, ਗੁਰਮੁਖ ਸਦੇ। ਇਹ ਪਰਮਾਤਮਾ ਦਾ ਹੁਕਮ ਹੈ, ਕਿਉਂਕਿ ਜਨਮ ਮਰਨ ਜਿਹੜਾ ਹੈ ਇਹ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੈ, ਪਰ ਸਾਨੂੰ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਚੱਲਣਾ ਚਾਹੀਦਾ ਹੈ। ਇਹੀ ਸਾਨੂੰ ਗੁਰਮਤਿ ਹਰਮਿੱਤਰ ਸਿੰਘ ਜੀ ਕਥਾਵਾਚਕ ਗੁਰਦੁਆਰਾ ਮੰਜੀ ਸਾਹਿਬ ਦਰਬਾਰ ਸਾਂਝ ਪਾਉਣਗੇ ਜੀ। ਆਓ ਬੜੇ ਪਿਆਰ ਦੇ ਨਾਲ ਸ਼ਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮੂਰਖ ਦੀ ਕਿਰਤ ਕਦਾਸ ਹੈ, ਰਾਸ ਭਾਸ ਕੀਰਤ ਕੀ, ਗੁਰੂ ਰਾਮਦਾਸ ਰਾਧੂ ਸਰ।
बनाए सर्व कला समर्थ दूर नानक दे कर हथ वाहिगुरु जी की फतेह जुग जुग कल साहिब कमाल पीरान पीर नीरान मीर वाली लालन सरवरे कायनात धन धन साहिब श्री गुरु ग्रंथ साहिब महाराज जी दी अज के बहुत ही बरागमई समागम के अंदर एकत्र हुई गुरु रूप गुरु खालसा साहिब संगत जीओ जो बहुत ही सन्मान योग अजीत सिंह साहिब जी कुछ दिन पहला आई आग्या तरनों बुलाया ना धन पुछी ना मता पताया दे महावाक अनुसार इस संसार की यात्रा करद्या होया परलोक सुधार गए सत्खंड प्यार नाल कर गए उन्हां दी मिठी याद नूं मनाउंदिआं होइआं पिछों परिवार वल्लों साडे बहुत ही सन्मान योग बाबा हरजीत सिंह साहिब जी अते गरीब नवाज संस्था समुचे इलाका निवासी संगत वल्लों क्योंकि बाबा जी दा अते जन्म अस्थान भी है सारी संगत ने मिलते पहला जो समागम से बाबा जी की याद बटाले उमरपुरे विखे जिथे बाबा जी निवास कर रहे हैं उत्थे मनाया गया अज ये दूजा समागम उन्होंने जन्म स्थान पिंड पोती पुटा की संगत वालों मिल के बड़ी श्रद्धा और भावना सहित रखा गया है श्री अखंड पाठ साहब के भोग पाए नाल उपरंत बाबा जी के बच्चों ने कीर्तन किया है भाई वरिंदर सिंह जी जो अमृतसर तो ने उन्होंने आप संतों के नाल कीर्तन की हाजरी दवाई है धन गुरु नानक देव पातशाह महाराज जी का जो वचन आप रोजाना पढ़ते हाँ संबत साह लिखिया मिलकर पाव तेर देर सज्जन असी सड़िया जो होवै साहिब सो मेल गुरु साहिब जी ये रोजाना सानू बचन याद कराते ने क्योंकि ये बचन सिख की नितनेम की जो सतवीं बाणी है उसका हिस्सा है कि जो भी संसार के विच जीव आया उसका मौत का दिन मुकर्र किया होया है जिस तरह लड़की का विआह होवे ते उसने विआह का दिन नियत करके एक साहे चिट्ठी लिखी जाती है जब विआह का दिन मुकर्र कर दिता जाता है कुछ दिन पहला एक घर में रस्म की जाती है उस रस्म को कहा जाता है कि माहिए पा देना ते उस रस्म बच्ची दिया जो मामिया चाचिया ताइया होर सखियां मिलके उन्हों तेल चढ़ाउंदियां ने ते उस रस्म तो पार होंदा है कि इस बच्ची का विआह का दिन मुकर्र हो गया है हुण इस विच कोई भी अपील ते दलील नहीं होवेगी सचमुच यह भी उदाहरण महाराज ने लई गल मौत की कीती पर उदाहरण सतगुरां ने रोने की ज स्यापे की नहीं सतगुरां ने उदाहरण विआह की नहीं जिस तरह लड़की का दिन विआह का मुकर्र करके उहदी सारी चिट्ठी लिखी जाती है
ਇਸੇ ਤਰ੍ਹਾਂ ਭਾਈ ਆਪਣਾ ਸਾਰਿਆਂ ਦਾ ਜੋ ਮੌਤ ਦੇ ਨਾਲ ਵਿਆਹ ਹੋਣਾ ਹੈ ਉਹ ਦਿਨ ਧਰਤੀ ਵੱਲੋਂ ਮੁਕਰਰ ਕੀਤਾ ਹੋਇਆ ਹੈ। ਭਾਈ ਆ ਗਿਆ, ਸਿਰਫ ਬੁਲਾਇਆ, ਨਾ ਧੰਨ ਪੁੱਛੀ ਨਾ ਮਤਾ ਪਕਾਇਆ। ਫਰਕ ਸਿਰਫ ਇੰਨਾ ਹੈ ਕਿ ਜਿਹੜਾ ਦੁਨਿਆਵੀ ਵਿਆਹ ਹੈ ਉਹ ਆਪਾਂ ਬੱਚੇ ਦਾ ਜਨਮ ਹੋਣ ਤੋਂ ਬਾਅਦ ਵਿੱਚ ਦਿਨ ਨਿਯਤ ਕਰਦੇ ਹਾਂ, ਪਰ ਜਿਹੜਾ ਜੀਵ ਦਾ ਮੌਤ ਦੇ ਨਾਲ ਵਿਆਹ ਹੋ ਜਾਣਾ ਹੈ ਇਹ ਦਿਨ ਕਰਤੇ ਵੱਲੋਂ ਮੁਕਰਰ ਕੀਤਾ ਹੁੰਦਾ ਹੈ। ਕਿਉਂਕਿ ਸਤਿਗੁਰਾਂ ਦਾ ਪਾਵਨ ਬਚਨ ਕਿ ਸਭਨਾ ਮਰਨਾ ਆਇਆ ਮੈਂ ਛੋੜਾ ਸਭਨਾ, ਮੌਤ ਹਰੇਕ ਦੀ ਮੁਕਰਰ ਹੈ। ਮੌਤ ਇੱਕ ਕਸ਼ਮ ਮਹਾਰਾਜ ਦੇ ਬਚਨ, ਇੱਥੋਂ ਤੱਕ ਕਿ ਭਾਵੇਂ ਅਵਤਾਰ ਪੈਗੰਬਰ ਵੀ ਸੰਸਾਰ ਵਿੱਚ ਆਏ ਜਾਣਾ ਪਿਆ। ਮਹਾਰਾਜ ਕਲਗੀ ਤਰਕਤਾ ਜੀ ਸ੍ਰੀ ਅਕਾਲ ਪੁਸਤਕ ਦੀ ਬਾਣੀ ਦੇ ਅੰਦਰ ਇਹ ਬ੍ਰਹਮਾ ਔਰ ਵਿਸ਼ਨ ਕੇ ਤੇ ਵੇਦ ਔਰ ਪੁਰਾਣ ਕੇ ਤੇ ਸਿਮਰਤ ਸਮੋਹਨ ਕੇ ਹੋਏ ਹੋਏ ਬਤਾਏ ਹੈ ਤੇ ਅਸਾ ਅਵਤਾਰ ਕੀਤੇ ਤੇ ਭੂਮ ਹੀ ਤੇ ਹੋਏ ਕੇ ਫਿਰ ਭੂਮ ਹੀ ਮਿਲਾਏ। ਇੱਥੋਂ ਤੱਕ ਕਿ ਅਵਤਾਰੀ ਪੁਰਸ਼ ਵੀ ਸੰਸਾਰ ਤੇ ਥਿਰ ਨਾ ਰਹਿ ਸਕਿਆ, ਰਾਮ ਗਏ ਰਾਵਣ ਗਏ ਜਾਗ।